ਸੁਣਨੀ ਇੱਕ। ਬਾਬਾ ਜੀ ਤੁਸਾਂ ਆਏ ਜੇ ਮੁਹੰਮਦ ਨਗਰ, ਤੁਹਾਨੂੰ ਕੈਸਾ ਲੱਗਿਆ ਮੁਹੰਮਦ ਨਗਰ? ਮੁਹੰਮਦ ਨਗਰ ਦੇ ਲੋਕ ਕੈਸੇ ਲੱਗੇ ਨੇ ਅਤੇ ਤੁਹਾਡਾ ਕੀ ਮੁਹੰਮਦ ਨਗਰ ਦੇ ਬਾਰੇ, ਅੱਗੇ ਤੁਸੀਂ ਗਾਣਾ ਵੀ ਕੀਤਾ ਅਤੇ ਤੁਹਾਨੂੰ ਕੈਸਾ ਮੁਹੰਮਦ ਨਗਰ ਦੇ ਬਾਰੇ, ਲੋਕਾਂ ਦੇ ਬਾਰੇ ਅਤੇ ਇਹਨਾਂ ਦੇ ਬਾਰੇ ਥੋੜ੍ਹਾ ਜਿਹਾ ਦੱਸਿਆ ਜੇ? ਸਲਾਮ ਅਲੈਕੁਮ ਅਬਾਸ ਭਾਈ, ਆਪਨੇ ਬਹੁਤ ਅੱਛਾ ਕੀਆ ਕਿ ਨਾ ਮੁਝੇ ਟਾਈਮ ਦੀਆ, ਆਪਕਾ ਵੀ ਸ਼ੁਕਰੀਆ ਕਿ ਮੁਹੰਮਦ ਨਗਰ ਕੇ ਆਪ ਖੁਦ ਵਾਸੀ ਵੀ ਹੈ, ਉਸ ਕਾ ਆਪਣ ਚੈਨਲ ਵੀ ਚਲਾ ਰਹੇ ਹੈ, ਤੋ ਪ੍ਰੋਡਿਊਸਰ ਵੀ ਹੈ, ਤੋ ਮੈਂ ਯਹਾਂ ਤੀਸਰੀ ਵਾਰ ਆਇਆ ਹੂੰ, ਪਹਿਲੇ ਆਪਸੇ ਮਿਲਣੇ ਆਇਆ ਥਾ, ਉਸਕੇ ਬਾਅਦ ਹਮਾਰੀ ਬਾਤਚੀਤ ਚੱਲ ਨਿਕਲੀ, ਔਰ ਉਸਕੇ ਬਾਅਦ ਮੈਨੇ ਆਪਕਾ ਸੌਂਗ ਵੀ ਕੀਆ। ਤੋ ਮੁਹੰਮਦ ਨਗਰ ਕਾ ਜੋ ਸੌਂਗ ਹੈ, ਮੈਨੇ ਇੱਕ ਤਰੀਕੇਕਾਰ ਸੈਟਅਪ ਲਗਾਇਆ ਹੈ, ਔਰ ਲੋਗੋਂ ਨੇ ਉਸ ਚੀਜ਼ ਕੋ ਲਾਈਕ ਵੀ ਕੀਆ ਹੈ, ਤੋ ਆਪਕੋ ਵੀ ਮਹਿਸੂਸ ਹੋ ਗਿਆ ਕਿ ਮੇਰਾ ਜੋ ਕੰਮ ਕੈਸਾ ਹੈ। ਲੇਕਿਨ ਨਾ ਅਬ ਮੈਂ ਜੋ ਆਇਆ ਹੂੰ, ਆਪਨੇ ਬੁਲਾਇਆ ਹੈ, ਤੋ ਮੈਂ ਇੱਕ ਚਾਹਤਾ ਹੂੰ ਕਿ ਸੀਰੀਅਲ ਹੋ ਜਾਏ, ਉਸਮੇ ਮਜ਼ਾ ਔਰ ਐਕਸ਼ਨ ਵੀ ਹੋਗਾ ਇਨਸ਼ਾਅੱਲਾ, ਕਿਉਂਕਿ ਮਜ਼ਾ ਕੇ ਬਗੈਰ ਤੋ ਕੁਛ ਵੀ ਨਹੀਂ ਹੈ, ਅਗਰ ਹਮ ਸੀਰੀਅਸ ਲਏਂਗੇ ਤੋ ਲੋਕ ਇਸ ਚੀਜ਼ ਕੋ ਲਾਈਕ ਨਹੀਂ ਕਰੇਂਗੇ, ਅਗਰ ਥੋੜ੍ਹਾ ਬਹੁਤ ਮਜ਼ਾ ਹੋਗਾ ਤੋ ਲੋਕ ਆਪਣੇ ਸ਼ੌਰ ਕੋ ਉਜਾਗਰ ਕਰਨੇ ਕੇ ਲੀਏ ਉਸ ਮਜ਼ੀਦ ਢਲ ਜਾਏਂਗੇ, ਉਸਕੋ ਲਾਈਕ ਕਰੇਂਗੇ। ਤੋ ਜ਼ਹਿਰ ਹਰ ਆਦਮੀ ਨਾ ਸੀਰੀਅਸ ਚੀਜ਼ ਦੇਖਣਾ ਨਹੀਂ ਚਾਹਤਾ, ਇੱਕ ਮਜ਼ਾ ਕਾ ਅਨਸਰ ਹੋਗਾ ਲੋਕ ਉਸ ਚੀਜ਼ ਕੋ ਲਾਈਕ ਵੀ ਕਰੇਂਗੇ, ਅਗਰ ਉਸਮੇ ਮਜ਼ਾਕ ਕਾ ਅਨਸਰ ਹੋਗਾ ਤੋ ਹਮਾਰੇ ਸਾਥ ਲੋਕ ਚਲੇਂਗੇ ਔਰ ਹਮੇ ਪਸੰਦ ਕਰੇਂਗੇ। ਮੈਂ ਚਾਹਤਾ ਹੂੰ ਕਿ ਜੋ ਯੇ ਹਮ ਸੀਰੀਅਸ ਕਾ ਸੀਰੀਅਲ ਕਰ ਰਹੇ ਹੈ ਨਾ, ਉਸਮੇ ਅੱਛੇ ਲੋਕ ਹੋ, ਨਏ ਔਰ ਪੁਰਾਣੇ ਚਿਹਰੇ ਹੋਂ ਸਾਥ ਸਾਥ, ਤੋ ਹਮ ਇੱਕ ਸਟੋਰੀ ਬਹੁਤ ਅੱਛੀ ਲਿਖ ਰਹੇ ਹੈ, ਔਰ ਲੋਕੇਸ਼ਨ ਵੀ ਮੈਂ ਦੇਖਣੇ ਆਇਆ ਹੂੰ, ਮੈਂ ਕੋਈ ਯਾ ਕਿ ਜ਼ਿਆਦਾ ਕਿਸੇ ਮਿਲਣੇ ਹੈ, ਮੈਂ ਲੋਕੇਸ਼ਨ 'ਤੇ ਆਇਆ ਹੂੰ, ਲੋਕੇਸ਼ਨ ਦੇਖ ਰਹੇ ਹੈ, ਜੂੰ ਹੀ ਹਮਾਰੀ ਲੋਕੇਸ਼ਨ ਮੁਕੰਮਲ ਹੋ ਜਾਤੀ ਹੈ, ਹਮਾਰਾ ਸੈਟਅਪ ਮੁਕੰਮਲ ਹੋਤਾ ਹੈ, ਤੋ ਹਮ ਲਾਹੌਰ ਸੇ ਵੀ ਟੀਮ ਮੰਗਵਾ ਰਹੇ ਹੈ, ਫੀਮੇਲ ਮੇਲ, ਤੋ ਯਹਾਂ ਕੇ ਲੋਕਲ ਬਾਡੀਜ਼ ਲੜਕੇ ਵੀ ਹਮਾਰੇ ਸਾਥ ਕਾਮ ਕਰੇਂਗੇ, ਕਿਉਂਕਿ ਹਮਨੇ ਉਹ ਤੋਂ ਲਾਹੌਰ ਕੇ ਤੋਂ ਫਿਰ ਸਮਝਦਾਰ ਹੈ ਕਾਮ ਕਰਨੇ ਆ, ਲੇਕਿਨ ਹਮਨੇ ਯਹਾਂ ਆਪਣੇ ਲੋਕੋਂ ਕੋ ਸਮਝਾਨਾ ਹੈ ਵੀ ਕਿਸ ਤਰ੍ਹਾਂ ਕਰੈਕਟਰ ਕਰਤੇ ਹੈ, ਐਕਟ ਕਰਤੇ, ਨਏ ਨਏ ਲੋਕੋਂ ਕੋ ਸਾਹਮਣੇ ਲਾਣਾ ਹੈ। ਮੁਹੰਮਦ ਨਗਰ ਕੇ ਲੋਕੋਂ ਕੇ ਲੀਏ ਬਈ ਆਪਕੀ ਰਾਏ ਕਿਆ ਹੈ ਨਾ? ਹਾਂਜੀ, ਮੁਹੰਮਦ ਨਗਰ ਕੇ ਲੋਕੋਂ ਕੋ ਹਮਾਰੀ ਯਹੀ ਰਾਏ ਕਿ ਉਨਕੇ ਅੰਦਰ ਸ਼ਊਰ ਪੈਦਾ ਹੋ ਕਿ ਉਹ ਐਕਟ ਕਰਨਾ ਸਿੱਖੇ, ਔਰ ਨਏ ਲੋਕੋਂ ਕੋ ਨਯਾ ਟੈਲੈਂਟ ਹਮ ਸਾਹਮਣੇ ਲਾਣਾ ਚਾਹੀਦਾ। ਆਪਣੇ ਪਿਛਲੇ ਬਜ਼ੁਰਗੋਂ ਕਾ ਆਪਣੇ ਅੱਛੇ ਜੋ ਵਕਾਰ ਉਨਕੇ ਬਜ਼ੁਰਗੋਂ ਕਾ ਨਾਮ ਥਾ ਮੁਹੰਮਦ ਨਗਰ ਕੇ ਬਾਰੇ ਮੇਂ, ਬਈ ਵੋ ਆਪਣਾ ਉਸਕੇ ਬਾਰੇ ਮਾਮਲਾਤ ਮੇਂ ਨਾ ਵੋ ਆਪਣਾ ਟੈਲੈਂਟ ਦਿਖਾਏ, ਜੋ ਜੋ ਉਨਕੇ ਦਿਲ ਮੇਂ ਥਾ ਵੋ ਬਾਹਰ ਲੈ ਕੇ ਆਏ, ਔਰ ਲੋਕੋਂ ਕੋ ਸਾਬਿਤ ਕਰੇ ਕਿ ਹਮ ਕੁਛ ਕਰਨਾ ਜਾਣਤੇ ਹੈ ਜੀ। ਤੋ ਯਹੀ ਮੇਰੀ ਰਾਏ ਹੈ ਕਿ ਲੋਕ ਕਾਮ ਕਰੇ। ਅੱਲਾ ਹਾਫਿਜ਼।